ਸਤਿ ਸ਼੍ਰੀ ਅਕਾਲ ਜੀ, ਸਜਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਈਡੀ ਦੀ ਔਰ ਅਰਵਿੰਦ ਕੇਜਰੀਵਾਲ ਹੋਰਾਂ ਦੀ। ਕਹਿੰਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਪੁਰਾਣਾ ਫੋਨ ਮੰਗਿਆ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਈਡੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ 150 ਤੋਂ ਵੱਧ ਫੋਨ ਆ ਜਿਹੜੇ ਉਹ ਸਾਨੂੰ ਚਾਹੀਦੇ ਲੋੜੀਂਦੇ ਹੈਗੇ ਆ। ਉਹ ਲੋਕ ਜਿਨ੍ਹਾਂ ਦੇ ਵੱਲੋਂ ਲੰਘੇ ਵੇਲੇ ਦੇ ਵਿੱਚ ਕਥਿਤ ਸ਼ਰਾਬ ਜਿਹੜੀ ਨੀਤੀ ਆ ਉਹਦੇ ਵਿੱਚ ਜੋ ਜੋ ਗੱਲਾਂ ਬਾਤਾਂ ਕੀਤੀਆਂ ਗਈਆਂ, ਜੋ ਜੋ ਚੈਟ ਹੋਈ ਜਾਂ ਜੋ ਜੋ ਵੀ ਹੋਇਆ, ਉਹ ਕਹਿੰਦੇ ਜੀ ਮੋਬਾਈਲਾਂ ਦੇ ਵਿੱਚ ਬਹੁਤ ਕੁਝ ਹੈਗਾ ਜਾਂ ਹੋਊਗਾ, ਇਸ ਕਰਕੇ ਸਾਨੂੰ ਉਹ ਮੋਬਾਈਲ ਚਾਹੀਦੇ ਆ। ਅਤੇ ਈਡੀ ਦੇ ਕੋਲ ਹੁਣ ਤੱਕ 17-18 ਫੋਨ ਹੀ ਬਰਾਮਦ ਹੋਏ ਆ ਅਤੇ ਬਾਕੀ ਹਾਲੇ ਤੱਕ ਫੋਨ ਮਿਲ ਨਹੀਂ ਰਹੇ। ਅਤੇ ਕੇਜਰੀਵਾਲ ਸਾਹਿਬ ਦੇ ਕੋਲੋਂ ਜਿਵੇਂ ਕਿ ਜਾਣਕਾਰੀ ਮਿਲੀ ਆ ਕਿ ਈਡੀ ਨੇ ਫੋਨ ਮੰਗਿਆ 2 ਸਾਲ ਪੁਰਾਣਾ, ਵੀ ਤੁਹਾਡੇ ਕੋਲ 2 ਸਾਲ ਪੁਰਾਣਾ ਜਿਹੜਾ ਫੋਨ ਆ ਉਹ ਸਾਨੂੰ ਚਾਹੀਦਾ, ਅਸੀਂ ਉਹਦੇ ਰਾਹੀਂ ਸਾਰੀ ਜਾਣਕਾਰੀ ਹਾਸਲ ਕਰਨੀ ਆ। ਪਰ ਇਹ ਪਤਾ ਲੱਗਾ ਵੀ ਈਡੀ ਨੇ ਕਿਹਾ ਜੀ ਕਿ ਮੈਨੂੰ ਉਹਦੇ ਕੇਜਰੀਵਾਲ ਨੇ ਕਿਹਾ ਜੀ ਕਿ ਮੈਨੂੰ ਉਸ ਫੋਨ ਦੇ ਬਾਰੇ ਕੋਈ ਇਲਮ ਨਹੀਂ ਆ। ਅਤੇ ਈਡੀ ਇਹ ਗੱਲ ਕਹਿੰਦੀ ਜੀ ਕਿ ਸਾਨੂੰ ਉਹ ਫੋਨ ਜੇਕਰ ਨਹੀਂ ਮਿਲਦਾ ਤਾਂ ਮਤਲਬ ਇਹ ਹੈ ਕਿ ਜਾਂਚ ਪੜਤਾਲ ਦੇ ਵਿੱਚ ਬਹੁਤ ਵੱਡੀ ਰੁਕਾਵਟ ਪੈਂਦੀ, ਬਹੁਤ ਵੱਡੀ ਦਿੱਕਤ ਪੈਂਦੀ ਹੈ। ਸੋ ਹੁਣ ਉਸ 2 ਸਾਲ ਪੁਰਾਣੇ ਫੋਨ ਦੇ ਵਿੱਚ ਕੀ ਹੈ, ਕੀ ਕੁਝ ਹੈ ਵੀ ਕਿ ਨਹੀਂ ਹੈ, ਇਹ ਗੱਲ ਦੇ ਵਿੱਚ ਕੀ ਤੋਂ ਅੱਗੇ ਗੱਲ ਪੱਕੀ ਬਣੂਗੀ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ 2 ਸਾਲ ਪੁਰਾਣਾ ਫੋਨ ਲੱਭੂ ਕਿ ਨਹੀਂ ਲੱਭੂ ਅਤੇ 2 ਸਾਲ ਪੁਰਾਣੇ ਫੋਨ ਦੇ ਵਿੱਚ ਕੀ ਕੁਝ ਹੋਊਗਾ। ਉਸ ਤੋਂ ਅਗਲੀ ਗੱਲ ਇਹ ਆ ਵੀ ਇੱਕ ਚਿੱਠੀ ਦਾ ਰੌਲਾ ਬਹੁਤ ਪੈ ਗਿਆ, ਕਿਉਂਕਿ ਆਤਿਸ਼ੀ ਜਿਹੜੀ ਕਿ ਦਿੱਲੀ ਦੀ ਮੰਤਰੀ ਆ ਉਹਦੇ ਵੱਲੋਂ ਇੱਕ ਚਿੱਠੀ ਨਸ਼ਰ ਕੀਤੀ ਗਈ ਆ। ਉਹਨਾਂ ਨੇ ਕਿਹਾ ਜੀ ਕਿ ਕੇਜਰੀਵਾਲ ਸਾਹਿਬ ਨੇ ਈਡੀ ਦੀ ਹਿਰਾਸਤ ਦੇ ਵਿੱਚੋਂ ਇਹ ਚਿੱਠੀ ਲਿਖੀ ਆ ਦਿੱਲੀ ਵਾਸੀਆਂ ਦੇ ਨਾਂ ਕਿ ਭਾਈ ਦਿੱਲੀ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਆ ਇਹ ਮੇਰੇ ਭੈਣ ਭਰਾ, ਮੇਰੇ ਪਰਿਵਾਰਕ ਮੈਂਬਰ ਆ, ਅਤੇ ਇਹਨਾਂ ਦੇ ਵਾਸਤੇ ਪਾਣੀ ਦੇ ਪ੍ਰਬੰਧ ਦੇ ਵਿੱਚ ਕੋਈ ਕਮੀ ਨਾ ਛੱਡੀ ਜਾਵੇ, ਪਾਣੀ ਦੇ ਟੈਂਕਰਾਂ ਦੀ, ਸੀਵਰੇਜ ਦੀ, ਬਾਕੀ ਸਮੱਸਿਆਵਾਂ ਦੇ ਹੱਲ ਦੀ ਪਹਿਲ ਦੇ ਆਧਾਰ ਦੇ ਉੱਤੇ ਜ਼ਰੂਰਤ ਆ ਅਤੇ ਇਹ ਕੰਮਾਂ ਦੇ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ। ਉਹਨਾਂ ਨੇ ਕਿਹਾ ਜੀ ਕਿ ਇਹ ਕੰਮ ਸਿਰਫ ਅਤੇ ਸਿਰਫ ਕੇਜਰੀਵਾਲ ਹੀ ਸੋਚ ਸਕਦਾ, ਇਹ ਗੱਲਾਂ ਕਿਸੇ ਨੂੰ ਹੋਰ ਨਹੀਂ ਸਮਝ ਆ ਸਕਦੀਆਂ, ਅਤੇ ਕੇਜਰੀਵਾਲ ਤੋਂ ਬਿਨਾਂ ਕਿਹੜਾ ਐਸਾ ਮੁੱਖ ਮੰਤਰੀ ਹੈ ਜਿਹੜਾ ਕਿ ਈਡੀ ਦੀ ਹਿਰਾਸਤ ਦੇ ਵਿੱਚ ਜਿੱਥੇ ਜ਼ਿਆਦਤੀ ਹੋ ਰਹੀ ਹੋਵੇ ਅਤੇ ਉਸ ਦੇ ਬਾਵਜੂਦ ਵੀ ਇਹ ਗੱਲ ਆਪਣੇ ਵਸਨੀਕਾਂ ਦੇ ਬਾਰੇ, ਆਪਣੇ ਸੂਬੇ ਦੇ, ਆਪਣੇ ਜਿਹੜੇ ਖੇਤਰ ਦੇ ਲੋਕਾਂ ਦੇ ਬਾਰੇ ਸੋਚਦਾ ਹੋਵੇ। ਹੁਣ ਈਡੀ ਨੇ ਇਸ ਗੱਲ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਕੇਜਰੀਵਾਲ ਨੂੰ ਕੋਈ ਡਿਕਸ਼ਨਰੀ ਜਿਹੜੀ ਨਹੀਂ ਦਿੱਤੀ ਹੈਗੀ ਕਿ ਭਾਈ ਨਾ ਅਸੀਂ ਕਾਗਜ਼ ਦਿੱਤੇ, ਨਾ ਡਿਕਸ਼ਨਰੀ ਕੁਛ ਦਿੱਤੀ, ਨਾ ਇਹਨਾਂ ਨੇ ਉਹ ਕੋਈ ਹੋਰ ਦਿੱਤੀ ਚੀਜ਼, ਨਾ ਅਸੀਂ ਕੋਈ ਪੈਨ ਦਿੱਤੇ ਆ, ਨਾ ਕੋਈ ਕਾਗਜ਼ ਦਿੱਤੇ ਆ, ਨਾ ਕੁਝ ਅਸੀਂ ਫੁੱਟਾ ਦਿੱਤਾ, ਨਾ ਕੋਈ ਫੱਟਾ ਦਿੱਤਾ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਹੋ ਸਕਦਾ ਇਹ ਚਿੱਠੀ ਆਪ ਹੀ ਬਣਾਈ ਹੋਵੇ। ਇਹ ਚਿੱਠੀ ਦੇ ਬਾਰੇ ਵੀ ਉਹ ਕਹਿੰਦੇ ਜੀ ਅਸੀਂ ਪੜਤਾਲ ਕਰਾਂਗੇ। ਸੋ ਕੀ ਇਹ ਚਿੱਠੀ ਸੱਚੀ ਮੁੱਚੀ ਕੇਜਰੀਵਾਲ ਸਾਹਿਬ ਨੇ ਈਡੀ ਦੀ ਇੱਕ ਸਟੱਡੀ ਦੇ ਵਿੱਚ ਲਿਖੀ ਹੈ ਅਤੇ ਇਹ ਲਿਖ ਕੇ ਅੱਗੇ ਭੇਜੀ ਹੈ, ਜਾਂ ਇਹ ਪਹਿਲਾਂ ਦੀ ਲਿਖੀ ਹੋਈ ਹੈ, ਜਾਂ ਇਹਦੇ ਪਿੱਛੇ ਕੋਈ ਹੋਰ ਰਾਜ ਆ, ਹੁਣ ਇਹ ਵੀ ਕਹਾਣੀ ਆ। ਲੋਕਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਸਟੇਸ਼ਨਰੀ ਦੀ ਕੀ ਸਮੱਸਿਆ ਹੋ ਸਕਦੀ ਹੈ ਇੱਥੇ। ਸੋ ਵੇਖਦੇ ਵੀ ਪਈ ਕੀ ਬਣਦਾ, ਪਰ ਗੱਲ ਇਹ ਹੈ ਵੀ ਬਹੁਤ ਵੱਡਾ ਮਸਲਾ ਵੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਅਤੇ ਦਿੱਲੀ ਦੇ ਲੋਕਾਂ ਦੇ ਵਿੱਚ 6-5 ਵਧੀ ਆ। ਇੱਕ ਗੱਲ ਬੜੀ ਸਾਫ਼ ਅਤੇ ਸਪਸ਼ਟ ਹੈ, ਆਮ ਆਦਮੀ ਪਾਰਟੀ ਦੇ ਕੋਲ ਚਿਹਰਿਆਂ ਦੀ ਘਾਟ ਆ, ਵੱਡੇ ਚਿਹਰਿਆਂ ਦੀ ਘਾਟ ਆ। ਵੱਡਾ ਚਿਹਰਾ ਜਦੋਂ ਵੀ ਪੈਦਾ ਹੋਇਆ ਉਹਨੂੰ ਛਾਂਕ ਕੇ ਪਰੇ ਕਰ ਦਿੱਤਾ ਗਿਆ ਲੰਘੇ ਵੇਲੇ ਦੇ ਵਿੱਚ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਮੂਹਰੇ ਮੁਸ਼ਕਲਾਂ ਦਾ ਪਹਾੜ ਆ। ਹੁਣ ਤੁਸੀਂ ਸੋਚ ਕੇ ਦੇਖੋ ਵੀ ਸਿਰਫ ਅਤੇ ਸਿਰਫ ਇਸ ਵੇਲੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹੀ ਸਰਗਰਮਾ, ਉਹ ਹੁਣ ਕਿਹੜੀ ਕਿਹੜੀ ਥਾਂ ਦੇ ਉੱਤੇ ਜਾ ਕੇ ਕੀ ਕੀ ਇਕੱਲੇ ਇਕੱਲੇ ਕਰ ਲੈਣਗੇ, ਕੀ ਉੱਥੇ ਕਰਨਗੇ, ਉਹ ਸਵਾਲ ਇਹ ਆ। ਕਿਉਂਕਿ ਦੇਖੋ ਉਹ ਦਿੱਲੀ ਦੇ ਵਿੱਚ ਜਾਣਗੇ ਪ੍ਰਚਾਰ ਕਰਨ ਲਈ, ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ, ਗੁਜਰਾਤ 'ਚ ਕਰਨਗੇ, ਹਰਿਆਣਾ 'ਚ ਕਰਨਗੇ, ਗੋਆ 'ਚ ਕਰਨਗੇ, ਕਿੱਥੇ ਕਿੱਥੇ ਕਰਨਗੇ। ਉਹ ਇੱਕ ਹੱਦ ਤੱਕ ਹੀ ਪ੍ਰਚਾਰ ਕਰ ਸਕਣਗੇ ਨਾ, ਪੰਜਾਬ ਦੇ ਵਿੱਚ ਵੀ ਇਕੱਲੀ ਇਕੱਲੀ ਸੀਟ 'ਤੇ ਜੰਗ ਹੋਣੀ ਆ ਅਤੇ ਬਾਕੀ ਥਾਵਾਂ 'ਤੇ ਵੀ ਕੇਜਰੀਵਾਲ ਅੰਦਰ ਆ। ਸੋ 31 ਤਰੀਕ ਨੂੰ ਜਾਣੀ ਕਿ 31 ਮਾਰਚ ਨੂੰ ਦਿੱਲੀ ਦੇ ਵਿੱਚ ਜਿਹੜਾ ਇੰਡੀਆ ਗੱਠਜੋੜ ਹੈ ਉਹਨਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਇੱਕ ਵੱਡੀ ਮਹਾਰੈਲੀ ਵੀ ਰੱਖੀ ਹੈ। ਇਸ ਮਹਾਰੈਲੀ ਦੇ ਵਿੱਚ ਕਿੰਨਾ ਕੁ ਇਕੱਠ ਹੁੰਦਾ, ਕੀ ਇਕੱਠ ਹੁੰਦਾ ਕਿ ਨਹੀਂ ਹੁੰਦਾ, ਉਹਦੇ ਨਾਲ ਬੀਜੇਪੀ ਦੇ ਉੱਤੇ ਕੀ ਅਸਰ ਪੈਂਦਾ, ਇਹ ਸਮਾਂ ਦੱਸੂਗਾ। ਪਰ ਹਾਂ, ਇੱਕ ਨਾ ਆਮ ਆਦਮੀ ਪਾਰਟੀ ਨੇ ਮੁਹਿੰਮ ਸ਼ੁਰੂ ਕੀਤੀ ਆ, ਉਹਦੇ ਨਾਂ ਰੱਖਿਆ ਮੈਂ ਵੀ ਹਾਂ ਕੇਜਰੀਵਾਲ। ਉਹ ਇਹ ਗੱਲ ਕਹੀ ਗਈ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸਮਰਥਕ ਜਾਂ ਨੇਤਾ ਅਤੇ ਉਹ ਕਹੋ ਜੀ ਕਿ ਮੈਂ ਵੀ ਹਾਂ ਕੇਜਰੀਵਾਲ, ਆਪਣੇ ਫੇਸਬੁੱਕ ਦੇ ਪ੍ਰੋਫਾਈਲ ਦੇ ਉੱਤੇ ਲਾਓ ਫੋਟੋ, ਵਟਸਐਪ 'ਤੇ ਲਾ ਲਓ, ਸੋਸ਼ਲ ਮੀਡੀਆ 'ਤੇ ਪੋਸਟਾਂ ਪਾਓ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਮੁਹਿੰਮ ਚਲਾਈ ਆ, ਜਿਵੇਂ ਕਿ ਪਹਿਲਾਂ ਹੁੰਦੀ ਸੀ ਮੈਂ ਵੀ ਅੰਨਾ ਤੂੰ ਵੀ ਅੰਨਾ, ਹੁਣ ਭਾਈ ਮੈਂ ਵੀ ਹਾਂ ਕੇਜਰੀਵਾਲ, ਇਹ ਮੁਹਿੰਮ ਆਮ ਆਦਮੀ ਪਾਰਟੀ ਨੇ ਚਲਾਈ ਹੈ।
ਜੀ ਬਿਲਕੁਲ ਕਹਿਣਾ ਸਰ, ਪਰ ਦੂਸਰੇ ਬੰਨੇ ਗੱਲ ਇਹ ਹੈ ਕਿ ਜੋ ਇਹ ਗੱਲਾਂ ਵੀ ਚੱਲ ਰਹੀਆਂ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਸਤੀਫਾ ਦੇਣਗੇ ਕਿਉਂਕਿ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣੀ ਔਖੀ ਹੈ, ਪਰ ਹੁਣ ਖਬਰ ਆ ਰਹੀ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ। ਹਾਂ ਬਿਲਕੁਲ ਜੀ, ਜਿੰਨੀ ਕੁ ਜਾਣਕਾਰੀ ਮਿਲੀ ਹੈ ਸੰਦੀਪ ਪਾਠਕ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਸਾਹਿਬ ਆ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਤੇ ਉਹ ਅਸਤੀਫਾ ਨਹੀਂ ਦੇਣਗੇ। ਹੋ ਸਕਦਾ ਉਹ ਅਸਤੀਫਾ ਨਾ ਦੇਣ, ਪਰ ਸਵਾਲਾਂ ਦਾ ਸਵਾਲ ਇਹ ਆ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਚੱਲੂਗੀ ਕਿਵੇਂ? ਜੇ ਤਾਂ ਉਹਨਾਂ ਦੇ ਕੋਲ ਕੋਈ ਨੁਕਤਾ ਹੋਊਗਾ ਤਾਂ ਵੀ ਪਤਾ ਲੱਗ ਜਾਣਾ, ਪਰ ਉੱਦਾਂ ਜੇਲ੍ਹਾਂ ਦੇ ਵਿੱਚੋਂ ਸਰਕਾਰਾਂ ਚੱਲਦੀਆਂ ਨਹੀਂ ਹੁੰਦੀਆਂ ਜਿੰਨੀਆਂ ਕਿ ਅਸੀਂ ਹੁਣ ਤੱਕ ਦੇਖਿਆ। ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣੀ ਸੰਭਵ ਨਹੀਂ ਹੁੰਦੀ। ਜਜ਼ਬਾਤੀ ਤੌਰ ਦੇ ਉੱਤੇ ਆਪਾਂ ਕੁਝ ਕਹਿ ਦਈਏ ਨਹੀਂ ਇਸ ਤਰ੍ਹਾਂ ਕਰ ਲੈਂਦੇ ਹੁੰਦੇ ਕਰਾਂਗੇ ਜਾਂ ਕਰਕੇ ਵਿਖਾਵਾਂਗੇ, ਇਹ ਵੱਖਰੀ ਗੱਲ ਆ, ਪਰ ਜਦੋਂ ਪ੍ਰੈਕਟੀਕਲ ਤੌਰ ਦੇ ਉੱਤੇ ਉਸ ਅਸੀਂ ਲੀਹ ਦੇ ਉੱਤੇ ਤੁਰਦੇ ਹਾਂ ਤੇ ਫਿਰ ਪਤਾ ਲੱਗਦਾ ਵੀ ਯਾਰ ਇਉਂ ਸੰਭਵ ਤਾਂ ਨਹੀਂ ਹੈਗਾ, ਕਈ ਅਸੀਂ ਜੋ ਮਰਜ਼ੀ ਜਾਈਏ। ਸੋ ਗੱਲ ਇਹ ਜੀ ਅਸਲ ਦੇ ਵਿੱਚ ਵੀ ਇਸ ਵਕਤ ਆਮ ਆਦਮੀ ਪਾਰਟੀ ਦੇ ਕਈ ਸਮਰਥਕ ਇਹ ਗੱਲ ਕਹਿੰਦੇ ਕਹਿੰਦੇ ਨੇ ਜੇਲ੍ਹ ਦੇ ਵਿੱਚ ਸਰਕਾਰ ਚੱਲੂਗੀ, ਸਰਕਾਰ ਚੱਲਦੀ ਪ੍ਰਤੀਤ ਨਹੀਂ ਹੋ ਰਹੀ, ਸੋ ਦੇਖਦੇ ਭਾਈ ਕੀ ਬਣਦਾ। ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣੀ ਸੰਭਵ ਨਹੀਂ, ਉਹਦਾ ਕਾਰਨ ਵੀ ਫਾਈਲਾਂ ਤੇ ਸਾਈਨ ਕਰਨੇ, ਕੈਬਨਿਟ ਦੀਆਂ ਮੀਟਿੰਗਾਂ ਕਰਨੀਆਂ, ਵਾਰ ਵਾਰ ਕੋਈ ਨਾ ਕੋਈ ਇਸ ਮਾਮਲੇ ਦੇ ਉੱਤੇ ਫੈਸਲੇ ਕਰਨੇ, ਸੋ ਇਹ ਗੱਲ ਸੁਖਾਲੀ ਨਹੀਂ ਹੈਗੀ, ਇਹ ਗੱਲ ਕੋਈ ਬਹੁਤੀ ਸੌਖੀ ਨਹੀਂ ਹੈਗੀ। ਸੋ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ, ਸ਼ਾਇਦ ਉਹਨਾਂ ਦੇ ਉੱਤੇ ਗੁਣਾ ਪੈ ਜੇ ਉਹਨਾਂ ਨੂੰ ਭਰੋਸੇਯੋਗ, ਕਿਉਂਕਿ ਉਹੀ ਧਰਮ ਪਤਨੀ ਉਹਨਾਂ ਦੀ, ਤੇ ਉਹਨਾਂ ਦੇ ਵੱਲੋਂ ਸ਼ਾਇਦ ਕੋਈ ਜ਼ਿੰਮੇਵਾਰੀ ਸੰਭਾਲੀ ਜਾਵੇ। ਉਦਾਂ ਮੈਨੂੰ ਲੱਗਦਾ ਨਹੀਂ ਕਿ ਦਿੱਲੀ ਦੇ ਵਿੱਚ ਕਿਸੇ ਹੋਰ ਨੂੰ ਇਹ ਰੁਤਬਾ ਮਿਲੂਗਾ। ਕਾਰਜਕਾਰੀ ਤੌਰ ਦੇ ਉੱਤੇ ਕੰਮਕਾਜ ਸੰਭਾਲਣ ਦੇ ਲਈ ਸ਼ਾਇਦ ਕਿਸੇ ਨਾ ਕਿਸੇ ਨੂੰ ਅੱਗੇ ਕੀਤਾ ਜਾਵੇ, ਮੈਨੂੰ ਲੱਗਦਾ ਵੀ ਇਹ ਫੈਸਲਾ ਜਲਦੀ ਕੀਤਾ ਜਾਊਗਾ ਜੀ। ਜੀ ਕਹਿਣਾ ਸਾਹਿਬ, ਇਕੱਲਾ ਤੁਹਾਨੂੰ ਹੀ ਨਹੀਂ ਲੱਗ ਰਿਹਾ ਇਹ ਚਰਚਾ, ਹੋਰ ਵੀ ਲੋਕ ਬਹੁਤ ਜ਼ਿਆਦਾ ਕਰ ਰਹੇ ਨੇ ਕਿ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਧਰਮ ਪਤਨੀ ਨੇ ਉਹ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਨੇ, ਕਿ ਵਾਕਈ ਇੱਦਾਂ ਹੋ ਸਕਦਾ ਵੈਸੇ ਜੇ ਇੱਕ ਮਿੰਟ ਦੇ ਲਈ ਸੋਚੀਏ ਤਾਂ? ਦੇਖੋ ਸਬਬ ਤਾਂ ਕੁਛ ਵੀ ਹੈਗਾ, ਇਹ ਜੇ ਕਿਸੇ ਨੂੰ ਆਪਾਂ ਮੁੱਖ ਮੰਤਰੀ ਬਣਾਉਣਾ ਹੋਵੇ ਤਾਂ ਤੁਸੀਂ ਦੇਖੋ ਵੀ ਜਿਵੇਂ ਇੱਧਰ ਰਾਜਸਥਾਨ ਦੇ ਵਿੱਚ ਤੇ ਆ ਜਿਹੜੀ ਚੋਣ ਹੋਈ ਸੀ ਇੱਕ ਸੀਟ ਦੇ ਲਈ, ਕਿਉਂਕਿ ਉੱਥੇ ਕਾਂਗਰਸ ਦੇ ਇੱਕ ਗੰਗਾਨਗਰ ਤੋਂ ਤੇ ਵਿਧਾਇਕ ਜਿਹੜੇ ਉਮੀਦਵਾਰ ਦੀ ਮੌਤ ਹੋ ਗਈ ਸੀ, ਤੇ ਉਸ ਤੋਂ ਬਾਅਦ ਫਿਰ ਉਸ ਥਾਂ ਦੇ ਉੱਤੇ ਸੀਟ ਤੋਂ ਅੱਗੇ ਚੋਣ ਪਾ ਦਿੱਤੀ ਗਈ ਸੀ। ਉਸ ਥਾਂ ਦੇ ਉੱਤੇ ਬੀਜੇਪੀ ਨੇ ਸੀਟ ਜਿੱਤਣ ਦੇ ਲਈ ਤੇ ਜਿਹੜਾ ਬੀਜੇਪੀ ਦਾ ਉਮੀਦਵਾਰ ਆ ਉਹਨੂੰ ਚੋਣ ਜਿੱਤਣ ਤੋਂ ਪਹਿਲਾਂ ਹੀ ਮੰਤਰੀ ਬਣਾਤਾ ਸੀ। ਇਹ ਵੱਖਰੀ ਗੱਲ ਆ ਵੀ ਲੋਕਾਂ ਨੇ ਹਰਾਤਾ ਉਹਨੂੰ ਵੀ, ਮਤਲਬ ਇਹ ਵੀ ਬਾਅਦ ਦੇ ਵਿੱਚ ਉਹਨੂੰ ਅਸਤੀਫਾ ਦੇਣਾ ਪੈ ਗਿਆ। ਸੋ ਨਿਯਮਾਂ ਦੇ ਮੁਤਾਬਕ ਮੰਤਰੀ ਜਾਂ ਮੁੱਖ ਮੰਤਰੀ ਬਣਾਇਆ ਕਿਸੇ ਨੂੰ ਵੀ ਜਾ ਸਕਦਾ, ਜਦੋਂ ਉਹਨੂੰ ਬਣਾ ਦਿੱਤਾ ਜਾਵੇ ਤੇ ਫਿਰ 6 ਮਹੀਨੇ ਅੰਦਰ ਅੰਦਰ ਚੋਣ ਲੜਨੀ ਤੇ ਜਿੱਤਣੀ ਜ਼ਰੂਰੀ ਹੁੰਦੀ ਹੈ। ਤੇ ਮੈਨੂੰ ਲੱਗਦਾ ਜੀ ਕਿ ਜੇਕਰ ਇੱਦਾਂ ਦਾ ਕੁਝ ਹੋਇਆ ਤਾਂ ਕੇਜਰੀਵਾਲ ਹੋਰੀ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਘਰ ਵਾਲੀ ਨੂੰ ਕਹਿਣਗੇ ਵੀ ਤੂੰ ਚੋਣ ਲੜਨਾ ਜ਼ਿਮਨੀ, ਉਹਨੂੰ ਜਿਤਵਾ ਲੈਣਗੇ, ਮੁੱਖ ਮੰਤਰੀ ਬਣਾ ਲੈਣਗੇ। ਜੇ ਉਹਨਾਂ ਨੇ ਕੁਛ ਕਰਨਾ ਹੀ ਹੋਇਆ ਤਾਂ ਰਾਹ ਵੈਸੇ ਕਈ ਤਰ੍ਹਾਂ ਦੇ ਹੈਗੇ ਆ, ਮੈਨੂੰ ਲੱਗਦਾ ਵੀ ਕੋਈ ਨਾ ਕੋਈ ਰਾਹ ਅਪਣਾਉਣਾ ਪਊਗਾ, ਕਿਉਂਕਿ ਜਿਹੜੇ ਰਾਹ ਦੇ ਉੱਤੇ ਕੇਜਰੀਵਾਲ ਹੋਰਾਂ ਨੂੰ ਪਾ ਦਿੱਤਾ ਗਿਆ ਉਹਦੇ 'ਚੋਂ ਛੇਤੀ ਕਿਤੇ ਬਾਹਰ ਆਉਣਗੇ, ਮੈਨੂੰ ਇਸ ਗੱਲ ਦੀ ਆਸ ਨਹੀਂ। ਕਿਉਂਕਿ ਗੱਲ ਇਹ ਜੀ ਕਿ ਮਨੀਸ਼ ਸਿਸੋਦੀਆ ਵੀ ਤਾਂ ਇਸੇ ਕੇਸ ਦੇ ਵਿੱਚ ਹੀ ਅੰਦਰ ਆ ਤੇ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਸੰਜੇ ਸਿੰਘ ਵੀ ਤਾਂ ਇਸੇ ਮਾਮਲੇ 'ਚ ਅੰਦਰ ਆ ਤੇ ਕਿੰਨਾ ਲੰਮਾ ਸਮਾਂ ਹੋ ਗਿਆ। ਹੁਣ ਵਾਰੀ ਆ ਗਈ ਜੀ ਕੇਜਰੀਵਾਲ ਦੀ, ਤੁਸੀਂ ਦੇਖ ਲਓ ਵੀ 28 ਤਰੀਕ ਤੋਂ ਬਾਅਦ ਵੀ ਇਹ ਬਾਹਰ ਨਹੀਂ ਆਉਣੇਗੇ। 28 ਤਰੀਕ ਤੋਂ ਬਾਅਦ ਜਾਂ ਤਾਂ ਉਹ ਨਿਆਇਕ ਹਿਰਾਸਤ ਦੇ ਵਿੱਚ ਹੋਣਗੇ ਜਾਂ ਰਿਮਾਂਡ ਹੋਰ ਵਧੂਗਾ, ਮੈਨੂੰ ਲੱਗਦਾ ਵੀ ਇਸ ਮਾਮਲੇ ਦੇ ਵਿੱਚ ਇਹੋ ਜਿਹੇ ਮੋੜ ਆਉਣਗੇ। ਜੀ ਬਿਲਕੁਲ, ਖੈਰ ਅੱਗੇ ਵੱਧਦਿਆਂ ਗੱਲ ਕਰਦੇ ਲੋਕ ਸਭਾ ਚੋਣਾਂ ਦੀ, ਵੱਖ ਵੱਖ ਪਾਰਟੀਆਂ ਜਿਹੜੀਆਂ ਨੇ ਉਹ ਟਿਕਟਾਂ ਦਾ ਐਲਾਨ ਕਰ ਰਹੀਆਂ ਨੇ, ਪਰ ਇੱਕ ਖਬਰ ਆ ਰਹੀ ਹੈ ਕਹਿੰਦੇ ਟਿਕਟ ਨਹੀਂ ਦਿੱਤੀ ਪਾਰਟੀ ਨੇ ਤੇ ਇੱਕ ਸੰਸਦ ਮੈਂਬਰ ਨੇ ਬੜੀ ਅਜੀਬ ਹਰਕਤ ਕੀਤੀ ਹੈ ਜੀ, ਕੀ ਹੋਇਆ? ਹਾਂ ਬਿਲਕੁਲ ਜੀ ਬਿਲਕੁਲ, ਇਹ ਨਾ DMK ਪਾਰਟੀ ਹੈ ਜੀ, ਸਿਆਸੀ ਪਾਰਟੀ ਤਾਮਿਲਨਾਡੂ ਦੇ ਵਿੱਚ, ਉੱਥੋਂ ਦੇ ਸਿਟਿੰਗ MP ਆ ਗਣੇਸ਼ ਮੂਰਤੀ, ਗਣੇਸ਼ ਮੂਰਤੀ ਦੀ ਐਤਕੀ ਟਿਕਟ ਕੱਟ ਦਿੱਤੀ ਗਈ ਹੈ। ਪਿਛਲੀ ਵਾਰ ਉਹ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸੀ, ਪਰ ਐਤਕੀ ਪਾਰਟੀ ਨੇ ਉਹਨਾਂ ਦੀ ਥਾਂ ਦੇ ਉੱਤੇ ਇੱਕ ਹੋਰ ਨੌਜਵਾਨ ਨੂੰ ਟਿਕਟ ਦਿੱਤੀ ਆ। ਇਸ ਗੱਲ ਨੂੰ ਦਿਲ ਦੇ ਉੱਤੇ ਗਣੇਸ਼ ਮੂਰਤੀ ਸਾਹਿਬ ਨੇ ਲਾ ਲਿਆ ਤੇ ਉਹਨਾਂ ਨੇ ਉਦਾਸੀ ਦੇ ਵਿੱਚ, ਨਿਰਾਸ਼ਾ ਦੇ ਵਿੱਚ, ਗੁੱਸੇ ਦੇ ਵਿੱਚ ਮਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਕੀਟਨਾਸ਼ਕ ਖਾ ਲਿਆ, ਹੁਣ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਵੈਂਟੀਲੇਟਰ ਦੇ ਉੱਤੇ ਰੱਖੇ ਗਏ ਆ। ਜਿਹੜੀ ਹੁਣ DMK ਦੇ ਨੇਤਾ ਹੈਗੇ ਆ ਤੇ ਉਹ ਇਸ ਵੇਲੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਆ। ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਆ ਕਿ ਟਿਕਟ ਕੱਟੇ ਜਾਣ ਤੋਂ ਦੁਖੀ ਹੋ ਕੇ ਉਹਨਾਂ ਨੇ ਸਾਰਾ ਕੁਝ ਕੀਤਾ ਹੈਗਾ। ਤੁਸੀਂ ਇਹ ਦੇਖੋ ਵੀ ਕੁਰਸੀ ਦੇ ਨਾਲ ਲਗਾ ਕਿੰਨਾ, ਕੁਰਸੀ ਦੇ ਨਾਲ ਕਿੰਨੀ ਖਿੱਚ ਹੈਗੀ ਆ, ਕੁਰਸੀ ਦੇ ਨਾਲ ਕਿੰਨੀ ਇਹਨਾਂ ਦੀ ਅੰਤਰਾਤਮਾ ਜੁੜੀ ਹੈ। ਕੁਰਸੀ ਤੋਂ ਬਿਨਾਂ ਇਹਨਾਂ ਦਾ ਭੋਰਾ ਨਹੀਂ ਸਰਦਾ, ਕੁਰਸੀ ਬਿਨਾਂ ਕਿਸ ਤਰੀਕੇ ਨਾਲ ਤੜਫਦੇ ਆ। ਜੇ ਬੰਦੇ ਨੇ ਸੇਵਾ ਕਰਨੀ ਹੋਵੇ ਲੋਕਾਂ ਦੀ ਤਾਂ ਸਾਰੀ ਦੁਨੀਆ MP ਥੋੜ੍ਹੀ ਬਣ ਕੇ ਸੇਵਾ ਕਰਦੀ ਹੈ। ਜਾਂ ਤਾਂ ਇਹ ਆ ਵੀ ਭਾਈ ਤੁਸੀਂ ਕਹੋ ਜੀ ਮੈਂ ਕੰਮ ਹੀ ਇੰਨੇ ਕਮਾਲ ਦੇ ਕੀਤੇ, ਮੈਂ ਆਜ਼ਾਦ ਤੌਰ ਦੇ ਉੱਤੇ ਚੋਣ ਲੜਦਾ ਤੇ ਮੈਂ ਤੁਹਾਨੂੰ ਜਿੱਤ ਕੇ ਦਿਖਾ ਦਿੰਦਾ। ਜਾਂ ਤੁਸੀਂ ਕਹੋ ਜੀ ਕਿ ਮੈਨੂੰ ਕੋਈ ਕੁਰਸੀ ਕਰਸੀ ਦੀ ਲੋੜ ਨਹੀਂ, ਮੈਂ ਨਹੀਂ MP, ਮੈਂ ਇੱਕ ਵਾਰੀ ਬਣ ਹਟਿਆ, ਮੈਂ ਲੋਕਾਂ ਦੀ ਸੇਵਾ ਕਰਨੀ, ਮੈਂ ਬਿਨਾਂ ਰਾਜਨੀਤੀ ਤੋਂ ਕਰ ਲੂੰਗਾ।
ਜਾਂ ਤੁਹਾਡਾ ਪਾਰਟੀ ਪ੍ਰਭਾਵ ਇੰਨਾ ਮੰਨਦੀ ਹੋਵੇ ਵੀ ਇਹਨੂੰ ਜੇਕਰ ਅਸੀਂ ਟਿਕਟ ਨਾ ਦਿੱਤੀ ਤਾਂ ਭਾਈ ਸਾਡਾ ਨੁਕਸਾਨ ਆ। ਪਰ ਬੰਦਾ ਦੇਖੋ ਕੁਰਸੀ ਦੀ ਖਿੱਚ ਕਿੰਨੀ ਆ, ਕੁਰਸੀ ਦੀ ਲੜਕ ਕਿੰਨੀ ਆ। ਨੇਤਾਵਾਂ ਦੇ ਵੱਲੋਂ ਕੀਤੇ ਗਏ ਝੂਠੇ ਵਾਅਦਿਆਂ ਕਰਕੇ ਬੰਦੇ ਦੇ ਖੁਦਕੁਸ਼ੀ ਕਰ ਲਈ, ਇਹ ਤਾਂ ਬਹੁਤ ਵਾਰੀ ਸੁਣਿਆ। ਨੇਤਾ ਨੇ ਟਿਕਟ ਨਾ ਮਿਲਣ ਕਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਇਹ ਪਹਿਲੀ ਵਾਰੀ ਸੁਣਿਆ। ਸੋ ਤਾਮਿਲਨਾਡੂ ਦੇ ਵਿੱਚ ਇਹ ਖਬਰ ਆਈ ਹੈ, ਬੜੀ ਅਚੰਭੇ ਵਾਲੀ ਖਬਰ ਆ। ਗਣੇਸ਼ ਮੂਰਤੀ ਦੇ ਰੂਪ ਦੇ ਵਿੱਚ ਇਹੋ ਜਿਹੀਆਂ ਖਬਰਾਂ ਦੱਸਣ ਲਈ ਕਾਫੀ ਆ ਕਿ ਰਾਜਨੀਤੀ ਦੇ ਨਾਲ ਲਗਾ ਸਾਡੇ ਨੇਤਾਵਾਂ ਦਾ ਕਿਹੋ ਜਿਹਾ, ਉਹ ਕਿਸ ਤਰੀਕੇ ਨਾਲ ਤੜਫਦੇ ਆ, ਕੀ ਉਹਨਾਂ ਦੇ ਅੰਦਰ ਖਿੱਚ ਆ। ਉਹ ਕੁਰਸੀ ਨਹੀਂ ਛੱਡਣੀ ਚਾਹੁੰਦੇ, ਉਹ ਚਾਹੁੰਦੇ ਜੀ ਕੁਰਸੀ ਮੇਰੇ ਆਖਰੀ ਸਾਹਾਂ ਤੱਕ ਨਾਲ ਰਵੇ। ਸੋ ਇਸ ਤਰੀਕੇ ਦੀ ਇੱਛਾ ਪਾਲਦੇ ਸਾਡੇ ਨੇਤਾ ਜੀ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਖੈਰ ਅੱਗੇ ਵੱਧਦੇ ਆ, ਗੱਲ ਕਰਦੇ ਆ ਹੁਣ ਕਾਂਗਰਸ ਦੀ। ਕਾਂਗਰਸ ਦੇ ਵਿੱਚ ਟਿਕਟਾਂ ਦੇ ਲਈ ਜੰਗ ਜਾਰੀ ਹੈ ਜੀ। ਦੇਖੋ ਕਾਂਗਰਸ ਦੇ ਵਿੱਚ ਜੰਗ ਹੀ ਹੁੰਦੀ ਜੀ, ਕਾਂਗਰਸ ਦੇ ਵਿੱਚ ਕੰਮ ਤਾਂ ਹੁੰਦਾ ਹੀ ਨੀਗਾ। ਜੇ ਇਸ ਗੱਲ ਤੇ ਜੰਗ ਨਾ ਹੋਈ ਕਿਸੇ ਹੋਰ ਗੱਲ ਤੇ ਹੋਜੂਗੀ, ਉਹਦੇ ਤੇ ਨਾ ਹੋਈ ਕਿਸੇ ਹੋਰ ਗੱਲ ਤੇ ਹੋਜੂਗੀ। ਕਾਂਗਰਸ ਦੇ ਵਿੱਚ ਜੰਗ ਚੱਲਦੀ ਸੀ, ਚੱਲਦੀ ਹੈ ਤੇ ਚੱਲਦੀ ਹੀ ਰਹਿਣੀ ਹੈ। ਸੋ ਹਾਲੇ ਤੱਕ ਪੰਜਾਬ ਦੇ ਵਿੱਚ ਕਾਂਗਰਸ ਨੇ ਇੱਕ ਵੀ ਆਪਦਾ ਉਮੀਦਵਾਰ ਨਹੀਂ ਐਲਾਨਿਆ। ਪਰ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਕਾਂਗਰਸ ਆ ਜਿਹੜੀ, ਉਹ ਇੱਕ ਅਨਾਰ ਤੇ 100 ਬਿਮਾਰ ਵਾਲੀ ਗੱਲ ਬਣੀ ਪਈ ਹੈ। ਮੈਂ ਹੈਰਾਨ ਹੁੰਦਾ ਕਦੇ ਕਦੇ ਕਾਂਗਰਸੀ ਕਹਿਣਗੇ ਸਾਡੀ ਪਾਰਟੀ ਦੇ ਆਗੂਆਂ ਦੇ ਵਿੱਚ ਜੋਸ਼ ਬਹੁਤ ਆ, ਇਹ ਇਸ ਕਰਕੇ ਲੜਦੇ ਆ, ਇਸ ਕਰਕੇ ਇਹ ਆਪਸ ਦੇ ਵਿੱਚ ਭਿੜਦੇ ਆ, ਇਸ ਕਰਕੇ ਇਹਨਾਂ ਦੀਆਂ ਖਬਰਾਂ ਆਉਂਦੀਆਂ ਵੀ ਆਪਸ ਦੇ ਵਿੱਚ ਝੇੜੇ ਵਾਲੀਆਂ, ਵੀ ਇਹੋ ਜਿਹਾ ਜੋਸ਼ ਆਪਾਂ ਚੁੱਲ੍ਹੇ 'ਚ ਪਾਉਣਾ, ਜਿਹੜਾ ਜੋਸ਼ ਆ ਜਿਹੜਾ ਉਹ ਪਾਰਟੀ ਨੂੰ ਹਰਾ ਦਿੰਦਾ ਹੋਵੇ ਜਿਤਾਉਣ ਦੀ ਥਾਂ ਦੇ ਉੱਤੇ। ਸੋ ਕਾਂਗਰਸ ਦੇ ਵਿੱਚ ਡਿਸਪਲਿਨ ਦੀ ਘਾਟ ਪਹਿਲਾਂ ਵੀ ਸੀ, ਅੱਜ ਵੀ ਆ। ਮੈਂ ਤਾਂ ਇਹ ਸੋਚਦਾ ਹੁੰਦਾ ਕਦੇ ਕਦੇ ਵੀ ਭਾਵੇਂ ਕਿ ਲੇਟ ਸਹੀ, ਪਰ ਆਪਦਾ ਵੇਲੇ ਸਿਰ ਜੂੜਾ ਜਿਹਾ ਛੁਡਾ ਕੇ ਅਤੇ ਨਵਜੋਤ ਸਿੰਘ ਸਿੱਧੂ ਆ ਜਿਹੜੇ, ਉਹ ਆਪਦਾ ਪਰੇ ਹੋ ਗਏ ਵੀ ਭਾਈ ਤੁਸੀਂ ਲੜੀ ਚੱਲੋ ਅਤੇ ਮੈਂ ਭਾਈ ਆਪਦਾ ਹੋਰ ਕੰਮ ਕਰ ਲੈਂਦਾ। ਉਸ ਤੋਂ ਅਗਲੀ ਗੱਲ ਇਹ ਆ ਵੀ ਕਾਂਗਰਸ ਆ ਜਿਹੜੀ ਉਹ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨ ਸਕਦੀ ਹੈ। ਉੱਧਰ ਪਤਾ ਲੱਗਾ ਜੀ, ਜਿੰਨੀ ਕੁ ਜਾਣਕਾਰੀ ਹੁਣ ਮਿਲੀ ਆ, ਅੰਦਾਜ਼ੇ ਆ ਇਸ ਗੱਲ ਦੇ ਕਿ ਕੁਲਦੀਪ ਸਿੰਘ ਵੈਦ, ਜਿਹੜੇ ਕਿ ਆਪਾਂ ਜਾਣਦੇ ਜੀ ਕਿ ਸਾਬਕਾ ਵਿਧਾਇਕ ਆ, ਉਹਨਾਂ ਨੂੰ ਮੰਨਿਆ ਜਾ ਰਿਹਾ ਵੀ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਜੀ ਕਿ ਮੁਹੰਮਦ ਸਦੀਕ ਦੀ ਟਿਕਟ ਕੱਟਣ ਦੀ ਤਿਆਰੀ ਆ। ਵੇਹਨੇ ਆ ਵੀ ਭਾਈ ਕੀ ਬਣਦਾ ਕੀ ਨਹੀਂ ਬਣਦਾ, ਪਰ ਕਾਂਗਰਸ ਨੇ ਹਾਲੇ ਤੱਕ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ। ਇੱਕ ਦੂਜੇ ਦੇ ਮੂੰਹ ਵੱਲ ਸਾਰੀਆਂ ਸਿਆਸੀ ਪਾਰਟੀਆਂ ਦੇਖ ਰਹੀਆਂ। ਅਕਾਲੀ ਦਲ ਭਾਜਪਾ ਗੱਠਜੋੜ ਹੋ ਕੇ ਨਹੀਂ ਹੋ, ਕਾਂਗਰਸ ਇਹ ਦੇਖ ਰਹੀ ਹੈ। ਜੇ ਹੋ ਗਿਆ ਤਾਂ ਉਹ ਫਿਰ ਗੱਠਜੋੜ ਤੋਂ ਬਾਅਦ ਮੂਹਰੇ ਕਿਹਨੂੰ ਉਮੀਦਵਾਰ ਕਰਨਾ। ਆਮ ਆਦਮੀ ਪਾਰਟੀ ਆਪਦੇ 5 ਬੰਦੇ ਐਲਾਨਣ ਤੋਂ ਪਹਿਲਾਂ ਇਹ ਸੋਚ ਰਹੀ ਵੀ ਭਾਈ ਇਹ ਕੀ ਕਰਦੇ, ਇਹਦੇ ਵੱਲ ਦੇਖ ਲਈਏ। ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਹੈਗੀਆਂ ਜੀ। ਪਰ ਜੇ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਕਰੀਏ ਟਾਣਾ ਸਾਹਿਬ, ਤੇ ਇਸ ਗੱਠਜੋੜ ਦੇ ਉੱਪਰ ਕਹਿੰਦੇ ਕਿ ਇੱਕ ਵੱਖਰਾ ਸਟੈਂਡ ਹੈ ਅਕਾਲੀ ਦਲ ਦਾ, ਕੀ ਕਹਿਣਾ ਉਹਨਾਂ ਦਾ ਜੀ? ਦੇਖੋ ਜੀ, ਇਹ ਇੱਕ ਦੇਖੋ ਚੰਗੀ ਗੱਲ ਆ। ਮੈਨੂੰ ਨਹੀਂ ਪਤਾ ਵੀ ਗੱਠਜੋੜ ਹੋਣਾ ਕਿ ਨਹੀਂ ਹੋਣਾ, ਪਰ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਗੱਠਜੋੜ 100% ਹੋਊਗਾ ਹੀ ਹੋਊਗਾ, ਪਰ ਅੱਜ ਦੀ ਤਰੀਕ ਦੇ ਵਿੱਚ ਪ੍ਰਸੰਗ ਬਦਲ ਗਿਆ, ਕਿਉਂਕਿ ਅਕਾਲੀ ਦਲ ਦੇ ਮੂਹਰੇ ਜਿਹੜੀਆਂ ਸਮੱਸਿਆਵਾਂ ਉਹ ਤਾਂ ਜਿਉਂਦੀਆਂ ਤਿਉਂ ਰਹਿਣਗੀਆਂ। ਇਸ ਕਰਕੇ ਮੰਨਿਆ ਜਾ ਰਿਹਾ ਵੀ ਭਾਈ ਇਹ ਗੱਠਜੋੜ ਸ਼ਾਇਦ ਨਾ ਹੋਵੇ ਸਿਧਾਂਤਕ ਤੌਰ ਦੇ ਉੱਤੇ। ਉਹਦਾ ਕਾਰਨ ਇੱਕ ਮਹੱਤਵਪੂਰਨ ਇਹ ਆ ਵੀ ਮਨਪ੍ਰੀਤ ਸਿੰਘ ਇਆਲੀ, ਜਿਹੜੇ ਕਿ ਅਕਾਲੀ ਦਲ ਦੇ ਦਾਖਾ ਖੇਤਰ ਤੋਂ ਵਿਧਾਇਕ ਆ, ਉਹਨਾਂ ਨੇ ਆਪਣੀ ਪਾਰਟੀ ਨੂੰ ਦਿੱਤੀ ਸਲਾਹ। ਉਹ ਕਹਿੰਦੇ ਦੇਖੋ ਜੀ, ਜੇਕਰ ਅਸੀਂ ਪੰਥਕ ਮਸਲਿਆਂ ਦੀ ਗੱਲ ਨਹੀਂ ਕਰਾਂਗੇ ਤਾਂ ਸਾਨੂੰ ਵੋਟ ਨਹੀਂ ਪੈਣੀਗੀ। ਉਹ ਕਹਿੰਦੇ ਜੇਕਰ ਬੀਜੇਪੀ ਨਾਲ ਗੱਠਜੋੜ ਕਰਨਾ ਤਾਂ ਬੰਦੀ ਸਿੰਘਾਂ ਦੇ ਮਸਲਿਆਂ ਦਾ ਹੱਲ ਹੋਣਾ ਚਾਹੀਦਾ, ਅੰਮ੍ਰਿਤਪਾਲ ਅਤੇ ਉਹਦੇ ਸਾਥੀਆਂ ਦੇ ਮਸਲੇ ਦੀ ਗੱਲ ਹੋਣੀ ਚਾਹੀਦੀ ਆ, ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ। ਜੇਕਰ ਭਾਈ ਤੁਸੀਂ ਇਹ ਗੱਲਾਂ ਨਹੀਂ ਕਰਨੀਆਂ ਆਪਾਂ ਤਾਂ ਇਸ ਗੱਠਜੋੜ ਦਾ ਨੁਕਸਾਨ ਹੀ ਹੋਊਗਾ, ਕੋਈ ਫਾਇਦਾ ਨਹੀਂ ਹੋਣਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸੋਚੋ ਵਿਚਾਰੋ ਸਮਝੋ ਵੀ ਭਾਈ ਆਪਾਂ ਇੱਦਾਂ ਦਾ ਕੁਝ ਨਾ ਕਰੀਏ ਜਿਹਦੇ ਕਰਕੇ ਆਪਾਂ ਨੂੰ ਆਉਂਦੇ ਸਮੇਂ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਵੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਲੋੜ ਆ ਇਸ ਵਕਤ ਇਸ ਗੱਲ ਦੀ ਕਿ ਖੇਤਰੀ ਪਾਰਟੀ ਹੋਣ ਦੇ ਕਰਕੇ, ਰੀਜਨਲ ਪਾਰਟੀ ਹੋਣ ਦੇ ਕਰਕੇ ਆਪਾਂ ਇਸ ਗੱਲ ਨੂੰ ਵਿਚਾਰੀਏ ਅਤੇ ਗੱਠਜੋੜ ਨਾ ਕਰੀਏ, ਕਿਉਂਕਿ ਜੇਕਰ ਆਪਾਂ ਗੱਠਜੋੜ ਕਰ ਲੈਂਦੇ ਇਸ ਮੋੜ ਦੇ ਉੱਤੇ ਤੇ ਮਸਲੇ ਉਵੇਂ ਦੇ ਉਵੇਂ ਆ ਤੇ ਆਪਾਂ ਨੂੰ ਫਾਇਦਾ ਕੋਈ ਨਹੀਂ ਹੋਣਾ ਜੀ। ਪਟਿਆਲਾ ਸਾਹਿਬ, ਆਮ ਲੋਕ ਵੀ ਕੀ ਇਸੇ ਤਰ੍ਹਾਂ ਸੋਚਦੇ ਨੇ ਜੀ? ਬਿਲਕੁਲ ਜੀ ਬਿਲਕੁਲ, ਗੱਲ ਇਹ ਕਿ ਆਮ ਲੋਕ ਆ ਜਿਹੜੇ ਉਹ ਵੀ ਮੈਨੂੰ ਲੱਗਦਾ ਜੀ ਕਿ ਇਸੇ ਰੂਪ ਦੇ ਵਿੱਚ ਸੋਚਦੇ ਆ, ਕਿਉਂਕਿ ਦੇਖੋ ਇਹ ਗੱਲ ਸੱਚੀ ਆ ਵੀ ਕਾਂਗਰਸ ਇਹਦਾ ਬੀਜੇਪੀ ਦਾ ਵੀ ਆਪਣਾ ਕੋਈ ਇਕੱਲੀ ਦਾ ਆਧਾਰ ਨਹੀਂ ਤੇ ਨਾ ਹੀ ਇਸ ਵੇਲੇ ਅਕਾਲੀ ਦਲ ਦਾ ਇਕੱਲੇ ਦਾ ਕੋਈ ਆਧਾਰ ਆ। ਪਰ ਜੇਕਰ ਇਕੱਠੇ ਵੀ ਹੋ ਜਾਂਦੇ ਆ ਤੇ ਲੋਕਾਂ ਨੇ ਵੋਟ ਉਸ ਰੂਪ ਦੇ ਵਿੱਚ ਫਿਰ ਨਹੀਂ ਪਾਉਣੀ ਗੀ, ਇਹ ਗੱਲ ਸੱਚੀ ਹੈ। ਜਾਂ ਤਾਂ ਇਹ ਹੋਵੇ ਨਾ ਵੀ ਵੋਟ ਵੱਧ ਜੂਗੀ, ਕਿਉਂਕਿ ਕਿਸਾਨਾਂ ਨੇ ਇਹ ਸੋਚਣਾ ਵੀ ਸਾਨੂੰ ਫਾਇਦਾ ਕੀ ਹੋਇਆ, ਤੁਸੀਂ ਅੱਡ ਵੀ ਤਾਂ ਹੋਏ ਵੀ ਕਿਸਾਨੀ ਅੰਦੋਲਨ ਆ, ਤੁਸੀਂ ਇਕੱਠੇ ਵੀ ਉਦੋਂ ਹੋ ਗਏ ਜਦੋਂ ਕਿਸਾਨ ਅੰਦੋਲਨ ਚੱਲਦਾ। ਫਿਰ ਤੁਸੀਂ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਕਹਿੰਦੇ ਸੀ ਸਾਡਾ ਸਟੈਂਡ ਆ, ਪਰ ਤੁਹਾਡਾ ਬਣਿਆ ਕੀ ਆ? ਤੁਸੀਂ ਤਾਂ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਤੇ ਭਾਈ ਦਸਤਖਤੀ ਮੁਹਿੰਮ ਚਲਾਈ ਸੀ ਬੰਦੀ ਸਿੰਘਾਂ ਦੇ ਬਾਰੇ, ਉਹ ਮੁਹਿੰਮ ਕਿੱਧਰ ਗਈ? ਤੁਸੀਂ ਕਹਿੰਦੇ ਸੀ ਰਾਸ਼ਟਰਪਤੀ ਸਾਹਿਬ ਦੇ ਕੋਲੋਂ ਅਸੀਂ ਤਾਂ ਆਹ ਮੰਗ ਕਰਦੇ ਹਾਂ। ਫਿਰ ਬੰਦੀ ਸਿੰਘਾਂ ਦੇ ਬਾਰੇ
ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀਗਾ ਉਸ ਮਸਲੇ ਤੇ ਕੀ ਬਣਿਆ। ਸੋ ਇਸ ਮਸਲੇ ਦੇ ਉੱਤੇ ਰੌਲਾ ਪੈ ਸਕਦਾ। ਸੋ ਹੋ ਸਕਦਾ ਵੀ ਸਿਧਾਂਤਕ ਮਸਲੇ ਦੀ ਗੱਲ ਕਰਦਿਆਂ ਇਹ ਗੱਠਜੋੜ ਸਿਰੇ ਨਾ ਵੀ ਲੱਗੇ ਜੀ। ਜੀ ਟੈਨ ਸਾਹਿਬ, ਜ਼ਹਿਰੀਲੀ ਸ਼ਰਾਬ ਦਾ ਮਾਮਲਾ, ਆਪਾਂ ਪਹਿਲਾਂ ਵੀ ਬਹੁਤ ਵਾਰ ਸਾਡੇ ਵਾਲਾ ਰੇਡੀਓ ਦੇ ਉੱਪਰ ਇਸ ਖਬਰ ਦੀ ਸਾਂਝ ਪਾਈ ਹੈ ਜੀ ਕਿ ਇਹ ਜ਼ਹਿਰੀਲੀ ਸ਼ਰਾਬ ਦਾ ਕਰਕੇ ਕਿੰਨੇ ਘਰਾਂ ਦੇ ਵਿੱਚ ਸੱਥਰ ਵਿੱਚ ਗਿਆ, ਔਰ ਇਸ ਮਾਮਲੇ ਦੇ ਵਿੱਚ ਨਿਆਇਕ ਜਾਂਚ ਕਹਿੰਦੇ ਸ਼ੁਰੂ ਹੋ ਗਈ ਹੈ ਜੀ। ਬਿਲਕੁਲ ਜੀ ਬਿਲਕੁਲ, ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਨਿਆਇਕ ਜਾਂਚ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਅੱਜ, ਕਿਉਂਕਿ ਪੀੜਿਤ ਪਰਿਵਾਰਾਂ ਦੇ ਘਰ ਦੇ ਵਿੱਚ ਗਏ ਸੀ ਹਾਲ ਚਾਲ ਪੁੱਛਣ ਦੇ ਲਈ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੇਖੋ ਇਸ ਵੇਲੇ ਸਰਕਾਰ ਦੇ ਵੱਲੋਂ ਗਲਤ ਕੀਤਾ ਗਿਆ, ਸਰਕਾਰ ਦੇ ਵੱਲੋਂ ਸਹੀ ਨਹੀਂ ਕੀਤਾ ਗਿਆ, ਸਰਕਾਰ ਨੂੰ ਚਾਹੀਦਾ ਕਿ ਇਸ ਮਸਲੇ ਦੇ ਉੱਤੇ ਅਸਤੀਫਾ ਦੇਵੇ। ਇੱਕ ਤਾਂ ਗੱਲ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਅਸਤੀਫਾ ਤਾਂ ਫੱਟ ਲੈਣੇ ਮੰਗ ਲਿਆ ਜਾਂਦਾ, ਦੇਣਾ ਦੂਣਾ ਕਿਸੇ ਨੇ ਅਸਤੀਫਾ ਦਿੰਦਾ ਹੁੰਦਾ ਨੀਗਾ, ਨਾ ਹੀ ਇਹ ਅਸਤੀਫਾ ਦਿੰਦੇ ਹੁੰਦੇ ਸੀ ਜਦੋਂ ਇਹਨਾਂ ਦੇ ਕੋਲੋਂ ਮੰਗਦੇ ਸੀ, ਤੇ ਨਾ ਹੀ ਮੈਨੂੰ ਲੱਗਦਾ ਵੀ ਭਾਈ ਇਹਦੇ ਵਿੱਚ ਹੁਣ ਕਿਸੇ ਨੇ ਅਸਤੀਫਾ ਦੇਣਾ। ਪਰ ਫਿਰ ਵੀ ਗੱਲ ਇਹ ਹੈ ਵੀ ਉਹਨਾਂ ਨੇ ਗੱਲ ਕਹੀ ਹੈ, ਉਹ ਕਹਿੰਦੇ ਜੀ ਕਿ ਭਗਵੰਤ ਮਾਨ ਤੇ ਐਕਸਾਈਜ਼ ਡਿਪਾਰਟਮੈਂਟ ਦੇ ਮੰਤਰੀ ਹਰਪਾਲ ਸਿੰਘ ਚੀਮਾ ਇਹ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ। ਉਧਰੋਂ ਭਗਵੰਤ ਮਾਨ ਵੀ ਪੀੜਿਤ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਆਏ ਆ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਅਸੀਂ ਦੋਸ਼ੀਆਂ ਦੇ ਉੱਤੇ ਕਤਲ ਦੇ ਪਰਚੇ ਦਰਜ ਕੀਤੇ ਆ, ਤੇ ਹੋਰਾਂ ਦੇ ਉੱਤੇ ਵੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਪਰਚੇ ਦਰਜ, ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ। ਸੋ ਇਸ ਤਰੀਕੇ ਦੇ ਨਾਲ ਭਾਈ ਆਹ ਤੁਸੀਂ ਦੇਖੋ ਆਹ ਮੁੰਡਾ ਸ਼ੁਭਕਰਨ ਜਿਹੜਾ ਕਿ ਇੱਥੇ ਬੱਲੋਂ ਪਿੰਡ ਦਾ ਸੀ ਜਿਹੜਾ ਖਨੌਰੀ ਦੇ ਵਿੱਚ ਮਾਰਿਆ ਗਿਆ, ਉਹਨੂੰ ਲੋਕ ਭੁੱਲ ਗਏ ਆ, ਤੇ ਆਹ ਖਬਰ ਨੂੰ 10 ਦਿਨਾਂ ਬਾਅਦ ਭੁੱਲ ਜਾਣਗੇ ਸੰਗਰੂਰ ਤੇ ਸੁਨਾਮ ਵਾਲੀ ਨੂੰ, ਤੇ ਫਿਰ ਕੋਈ ਨਵੀਂ ਖਬਰ ਆ ਜਾਊਗੀ ਤੇ ਆਪਾਂ ਉਹਦੇ ਮਗਰ ਤੁਰ ਪਾਂਗੇ। ਪਰ ਗੱਲ ਇਹ ਵੀ ਜਿਹਨਾਂ ਨੇ ਤੁਰ ਗਏ ਦੁੱਖ ਉਹਨਾਂ ਨੂੰ ਆ, ਰਾਜਨੀਤਿਕ ਲੋਕਾਂ ਨੇ ਇਕੱਲੀ ਰਾਜਨੀਤੀ ਕੀਤੀ ਆ। ਜੇਕਰ ਸਿਆਸਤਦਾਨ ਪੁਲਿਸ ਤੇ ਤਸਕਰ ਇਹ ਮਿਲ ਕੇ ਨਾ ਚੱਲਣ ਤਾਂ ਨਸ਼ਾ ਵੇਚਣ ਵਾਲਿਆਂ ਦੀ ਕੀ ਮਜਾਲ ਆ ਵੀ ਭਾਈ ਵਿਖ ਜੇ, ਉਹ ਸੋਚਦੇ ਹੀ ਨਹੀਂ ਗੇ ਇਸ ਮਸਲੇ ਦੇ ਉੱਤੇ ਵੀ ਭਾਈ ਇਹ ਵੱਡਾ ਮੁੱਦਾ ਹੈਗਾ, ਸਾਨੂੰ ਇਸ ਮੁੱਦੇ ਦੇ ਉੱਤੇ ਕੁਝ ਸੋਚਣਾ ਵਿਚਾਰਨਾ ਚਾਹੀਦਾ। ਉਹ ਤਾਂ ਸਿਰਫ ਉਹਦਾ ਡੰਗ ਟਪਾਉਂਦੇ ਆ, ਉਹ ਕਹਿੰਦੇ ਵੀ ਭਾਈ ਸਾਡਾ ਮਸਲਾ ਹੱਲ ਹੋਈ ਜਾਂਦਾ, ਸਾਨੂੰ ਨੋਟ ਵੀ ਬਣੀ ਜਾਂਦੇ ਤੇ ਵੋਟਾਂ ਵੀ ਬਣੀ ਜਾਂਦੀਆਂ, ਅਸੀਂ ਕਿਸੇ ਤੋਂ ਕੀ ਲੈਣਾ ਜੀ। ਬਿਲਕੁਲ ਸਹੀ ਪਟਿਆਲਾ ਸਾਹਿਬ, ਇਸ ਮਾਮਲੇ ਦੇ ਵਿੱਚ ਤੇ ਉਧਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ, ਇਸ ਮਾਮਲੇ ਦੇ ਵਿੱਚ ਦੋਵਾਂ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਤਾਂ ਕਾਫੀ ਵੱਡਾ ਲੱਗਿਆ ਜੀ। ਹਾਂ ਬਿਲਕੁਲ ਜੀ, ਝਟਕਾ ਲੱਗਾ, ਝਟਕੇ ਵਰਗਾ ਝਟਕਾ, ਇਹ ਬਹੁਤ ਵੱਡਾ ਝਟਕਾ ਇਹ, ਇਸ ਝਟਕੇ ਤੋਂ ਵੱਡਾ ਤਾਂ ਕੁਝ ਹੋ ਹੀ ਨਹੀਂ ਸਕਦਾ। ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਹੁਣ ਗੱਲ ਆਈ ਹੈ ਵੀ ਭਾਈ ਉਹ ਤਾਂ ਕਹਿੰਦੇ ਵੀ ਇਹਨੇ ਛੇਤੀ ਬਾਹਰ ਹੀ ਨਹੀਂ ਆਉਣਾ, ਬੀਜੇਪੀ ਤਾਂ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਭਾਈ ਅਸੀਂ ਦਾਅਵੇ ਨਾਲ ਗੱਲ ਕਹਿੰਦੇ ਵੀ ਜਿੰਨੇ ਵੱਡੇ ਕਸੂਰ ਇਹਨੇ ਕੀਤੇ ਆ ਇਹ ਬਾਹਰ ਕਦੇ ਆ ਹੀ ਨਹੀਂ ਸਕਣਗੇ। ਤੇ ਉਧਰ ਆਮ ਆਦਮੀ ਪਾਰਟੀ ਦੇ ਸਮਰਥਕ ਆ ਜਿਹੜੇ ਉਹ ਹੱਕੇ ਬੱਕੇ ਜੀ ਵੀ ਭਾਈ ਸਾਡਾ ਆਉਂਦੇ ਸਮੇਂ 'ਚ ਬਣੂਗਾ ਕੀ ਜੀ। ਜੀ ਬਿਲਕੁਲ, ਟਿਣਾ ਸਾਹਿਬ ਹੋਲੀ ਦਾ ਤਿਉਹਾਰ ਨਿਕਲ ਕੇ ਗਿਆ ਔਰ ਸਾਰਿਆਂ ਨੇ ਬਹੁਤ ਚਾਅ ਦੇ ਨਾਲ ਇਹ ਤਿਉਹਾਰ ਮਨਾਇਆ। ਅਨੰਦਪੁਰ ਸਾਹਿਬ ਦੇ ਵਿੱਚ ਵੀ ਹੋਲੇ ਮਹੱਲੇ ਦੇ ਮੌਕੇ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ ਜੀ। ਬਿਲਕੁਲ ਜੀ ਬਿਲਕੁਲ, ਗੱਲ ਇਹ ਜੀ ਕਿ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ, ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਤੇ ਵੈਸੇ ਵੀ ਸਾਡੇ ਵੱਲੋਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਜਿਹੜੇ ਉਹਨਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਲੰਘੇ ਕੱਲ੍ਹ ਹੋਲੀ ਮਨਾਈ ਗਈ ਆ, ਅੱਜ ਹੋਲੇ ਮਹੱਲੇ ਦਾ ਜਲੌ ਦੇਖਣ ਵਾਲਾ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤ ਨੇ ਲੰਗਰ ਲਾਏ ਆ, ਵੱਡੀ ਗਿਣਤੀ ਦੇ ਵਿੱਚ ਲੋਕ ਟਰਾਲੀਆਂ ਰਾਹੀਂ ਜਾਂ ਹੋਰ ਵੱਖ ਵੱਖ ਵਹੀਕਲਾਂ ਰਾਹੀਂ ਉੱਥੇ ਗਏ ਆ, ਜੈਕਾਰੇ ਗੂੰਜ ਰਹੇ ਆ, ਨਿਹੰਗ ਸਿੰਘਾਂ ਦੇ ਵੱਲੋਂ ਗੱਤਕੇ ਦੀ ਪੇਸ਼ਕਾਰੀ ਕੀਤੀ ਜਾ ਰਹੀ ਆ। ਸੋ ਅਨੰਦਪੁਰ ਸਾਹਿਬ ਦਾ ਮਾਹੌਲ ਹਰ ਵਾਰ ਦੇਖਣ ਵਾਲਾ ਹੁੰਦਾ ਹੋਲੇ ਮਹੱਲੇ ਦੇ ਮੌਕੇ, ਐਤਕੀ ਵੀ ਕਮਾਲ ਹੈ ਜੀ। ਜੀ ਟਿਣਾ ਸਾਹਿਬ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਹਿੰਦੇ ਬਲਕੌਰ ਸਿੰਘ ਹੋਰਾਂ ਨੇ ਵੀ ਪਹਿਲੀ ਵਾਰ ਹੋਲੀ ਮਨਾਈ ਹੈ ਜੀ। ਹਾਂ ਬਿਲਕੁਲ ਜੀ, ਉਹਨਾਂ ਨੇ ਪਹਿਲੀ ਵਾਰ ਹੋਲੀ ਮਨਾਈ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਆਈ ਆ, ਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਆਪਣੇ ਘਰ ਦੇ ਵਿੱਚ ਮੂਸਾ ਪਿੰਡ ਦੇ ਵਿੱਚ ਤੇ ਹੋਲੀ ਮਨਾਈ ਹੈ ਜੀ। ਜੀ ਤੇ ਟਿਣਾ ਸਾਹਿਬ, ਮਨੋਰੰਜਨ ਜਗਤ ਦੀ ਗੱਲ ਵੀ ਕਰਨੀ ਹੈ ਜੀ, ਕੀ ਹਾਲ ਚਾਲ ਨੇ ਪੰਜਾਬ ਦੇ ਮਨੋਰੰਜਨ ਜਗਤ ਦੇ? ਬਿਲਕੁਲ ਠੀਕ ਹੈ ਜੀ, ਪੰਜਾਬ ਦੇ ਵਿੱਚ ਮਨੋਰੰਜਨ ਜਗਤ ਦੇ ਵੱਲੋਂ ਕੋਈ ਬਹੁਤਾ ਲੋਕਾਂ ਦਾ ਖਿਆਲ ਤਾਂ ਹੈ ਨੀਗਾ, ਪਰ ਫਿਰ ਵੀ ਸਾਰੇ ਕਲਾਕਾਰ ਠੀਕ ਆ, ਸਾਰੇ ਚੜ੍ਹਦੀ ਕਲਾ ਦੇ ਵਿੱਚ ਆ, ਆਪੋ ਆਪਣੀਆਂ ਕੋਸ਼ਿਸ਼ਾਂ ਕਰਦੇ ਆ, ਗੀਤ ਕੋਈ ਬਹੁਤੇ ਲੰਮੇ ਸਮੇਂ ਦੇ ਚੇਤੇ ਰੱਖਣ ਯੋਗ ਆ ਨਹੀਂ ਰਹੇ, ਫਿਲਮਾਂ ਕੋਈ ਬਹੁਤ ਗੁਣਾ ਜ਼ਬਰਦਸਤ ਨਹੀਂ ਆ ਰਹੀਆਂ, ਆ ਬਲੈਕੀਆ ਤੇ ਜੱਟ ਨੂੰ ਚੜੇਲ ਟੱਕਰੀ ਫਿਲਮਾਂ ਆਈਆਂ ਠੀਕ ਰਹੀਆਂ, ਆਪਾਂ ਇਹ ਨਹੀਂ ਕਹਿੰਦੇ ਵੀ ਸੁਪਰ ਡੁਪਰ ਹਿੱਟ ਆ, ਪਰ ਠੀਕ ਰਹੀਆਂ। ਬਾਕੀ ਕਈ ਫਿਲਮਾਂ ਹੋਰ ਆਉਣਗੀਆਂ, ਜੇ ਉਹ ਕਾਬਲ ਹੋਈਆਂ ਤਾਂ ਲੋਕ ਦੇਖ ਲੈਣਗੇ ਜੀ। ਬਿਲਕੁਲ ਸਹੀ, ਤੇ ਪੰਜਾਬ ਦਾ ਮੌਸਮ ਕਹਿਣਾ ਸਾਹਿਬ, ਮੌਸਮ ਕਿਵੇਂ ਆ ਜੀ? ਗਰਮ ਆ ਜੀ, ਪੰਜਾਬ ਦਾ ਮੌਸਮ 32 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਆ। ਜੀ ਬਿਲਕੁਲ, ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਤਦ ਤੱਕ ਦੇ ਲਈ ਮਿਹਰਬਾਨੀ। ਮਿਹਰਬਾਨੀ।